Please subscribe and share my channel SSV Entertainment with your friends. ਸਤਿ ਕਰਵੀਰ ਜੀ, ਤੁਹਾਨੂੰ ਸਾਰਿਆਂ ਨੂੰ ਇੱਥੇ ਪਹੁੰਚਣ 'ਤੇ ਜੀ ਆਇਆ ਨਗਰ ਸੋਧੀ ਵੱਲੋਂ, ਮੁਕਤੀ ਗ੍ਰਾਮ ਪੰਚਾਇਤ ਵੱਲੋਂ। ਸਾਡਾ ਪਿੰਡ ਬਹੁਤ ਹੀ ਜਿਵੇਂ ਕਿਤੇ ਨਾਮੀ ਪਿੰਡ ਤੋਂ ਜਾਣਿਆ ਜਾਂਦਾ ਹੈ। ਨਗਰ ਸੋਧੀ ਕਲਾਂ ਪ੍ਰਸਿੱਧ ਨਗਰ ਹੈ ਹਲਕੇ ਦਾਖੇ ਦਾ, ਲੁਧਿਆਣੇ ਜ਼ਿਲ੍ਹੇ ਦਾ। ਇਸ ਨਗਰ ਦੇ ਵਿੱਚ ਖਾਸੀਅਤਾਂ ਰਹੀਆਂ। ਪਹਿਲਾਂ ਤਾਂ ਜਿਸ ਸਥਾਨ 'ਤੇ ਆਪਾਂ ਖੜ੍ਹੇ ਹਾਂ, ਗੁਰਦੁਆਰਾ ਝੀਰੀ ਸਾਹਿਬ, ਇਹ ਸਥਾਨ ਹੈ, ਮਹਾਨ ਸਥਾਨ ਹੈ ਸਾਡਾ। ਤਕਰੀਬਨ ਇੱਥੇ 100 ਸਾਲ ਤੋਂ ਲੈ ਕੇ ਪ੍ਰਾਤਮ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਜੀ। ਇਹ ਬਹੁਤ ਵੱਡੀ ਗੱਲ ਹੈ। ਉਸ ਤੋਂ ਪਹਿਲਾਂ ਇੱਥੇ ਬੜੇ ਹੀ ਸਾਧੂ ਮਹਾਤਮਾ ਆ ਕੇ ਰਹਿੰਦੇ ਸੀ। ਜੇ ਇਹ ਝੀਰੀ ਸਾਹਿਬ ਦਾ ਨਾਂ ਜਿਹੜਾ ਦਿੱਤਾ ਗਿਆ, ਉਹ ਪਹਿਲਾਂ ਇੱਕ ਜੰਗਲ ਸੀ, ਜੰਗਲ ਨੂੰ ਝੀਰੀ ਆਖਿਆ ਜਾਂਦਾ ਸੀ। ਉਸ ਝੀਰੀ ਦੇ ਵਿੱਚ ਬਹੁਤ ਹੀ ਸਾਰੇ ਸਾਧੂ ਮਸਤਾਨੇ ਸਾਧੂ ਆ ਕੇ ਰਹਿੰਦੇ ਸਨ। ਬੜਾ ਲੰਬਾ ਸਮਾਂ ਇੱਥੇ 100-100 ਦੀਆਂ ਮੰਡਲੀਆਂ ਟੋਲੀਆਂ ਸਾਧੂਆਂ ਦੇ ਬੈਠਦੀਆਂ ਕਰਦੀਆਂ ਸਨ। ਉਸ ਤੋਂ ਬਾਅਦ ਦੇ ਵਿੱਚ ਹਾਲਾਤਾਂ ਨੂੰ ਬਦਲਦੇ ਹੋਇਆਂ ਸਨ 91 ਦੇ ਵਿੱਚ ਤਕਰੀਬਨ ਇੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਉਸ ਤੋਂ ਬਾਅਦ ਸਾਡਾ ਨਗਰ ਖਿਡਾਰੀਆਂ ਦੇ ਵਿੱਚੋਂ ਵੀ ਇੱਕ ਹੈ ਜੀ। ਸਾਡੇ ਪਿੰਡ ਦੇ ਬਹੁਤ ਪੁਰਾਣੇ ਬਜ਼ੁਰਗ ਜੋ ਉਦੋਂ ਤੁਰ ਕੇ ਤਕਰੀਬਨ 68-69 ਦੇ ਵਿੱਚ ਪਾਕਿਸਤਾਨ ਵਿਖੇ ਕਬੱਡੀ ਖੇਡ ਕੇ ਆਏ ਅਤੇ ਜਿੱਤ ਹਾਸਲ ਕੀਤੀ। ਉਸ ਤੋਂ ਕਬੱਡੀ ਦਾ ਦੌਰ ਚੱਲਿਆ, ਸਾਡੇ ਪਿੰਡ ਦੀ ਬਹੁਤ ਪ੍ਰਸਿੱਧ ਟੀਮ ਰਹੀ ਆ। ਉਹਦੀ ਅੱਗੇ ਪੀੜ੍ਹੀ ਚੱਲਦਿਆਂ ਹੋਇਆਂ ਵੀ ਤਕਰੀਬਨ 12-13 ਦੇ ਵਿੱਚ ਵੀ ਸਾਡੇ ਨੌਜਵਾਨ ਵੀਰ ਸਾਡਾ ਸੋਨੀ, ਉਹ ਵੀ ਅੱਜ ਕੈਨੇਡਾ ਸੈੱਟ ਹੈ, ਅਤੇ ਅਮਨਦੀਪ ਅਮਨਾ, ਉਹ ਕਬੱਡੀ ਦੇ ਹੋਰ ਉਹਨਾਂ ਦੇ ਨਾਲ ਬਹੁਤ ਸਾਰੇ ਸਾਥੀ ਜੇ ਨਾਂ ਲਈਏ ਤਾਂ ਬਹੁਤ ਲੰਬੀ ਲਿਸਟ ਹੋ ਜਾਵੇਗੀ। ਕਬੱਡੀ ਦੇ ਵਿੱਚ ਅੱਜ ਵੀ ਸਾਡੇ ਪਿੰਡ ਦੇ ਨੌਜਵਾਨਾਂ ਦਾ ਬਹੁਤ ਵੱਡਾ ਸਥਾਨ ਹੈ ਅਤੇ ਟੂਰਨਾਮੈਂਟ ਕਰਵਾਏ ਜਾਂਦੇ ਹਨ। ਇੱਥੇ ਹੋਰ ਬਹੁਤ ਸਾਰੀਆਂ ਕਲੱਬਾਂ ਸਾਡੀਆਂ ਸੇਵਾਵਾਂ ਦੇ ਕੰਮ ਕਰਦੀਆਂ ਹਨ, ਅਤੇ ਨਾਲ ਹੀ ਸਾਡਾ ਪਿੰਡ ਜੀ ਤਕਰੀਬਨ ਮਾਸਟਰਾਂ ਦੀ ਸਬੱਦੀ ਵੱਲੋਂ ਜਾਣਿਆ ਜਾਂਦਾ। ਹਾਂਜੀ, ਸਾਡਾ ਪਿੰਡ ਟੀਚਰਾਂ ਵਜੋਂ ਜਾਣਿਆ ਜਾਂਦਾ ਜੀ। ਸਾਡੇ ਪਿੰਡ ਤਕਰੀਬਨ ਪੁਰਾਣੇ ਸਮੇਂ ਤੋਂ ਲੈ ਕੇ 100 ਤੋਂ ਪਲੱਸ 100 ਤੋਂ ਜਾਣੀ ਵੱਧ ਟੀਚਰ ਰਹੇ ਆ, ਔਰ ਅੱਜ ਵੀ ਉਹੀ ਪੁਰਾਤਨਤਾ ਉਹੀ ਮਰਜ਼ਾਦਾ ਸਾਡੇ ਪਿੰਡ ਦੀ ਚੱਲ ਰਹੀ ਹੈ। ਅੱਜ ਨੌਜਵਾਨ ਬੱਚੇ ਵੀ ਸਾਡੇ ਟੀਚਰ ਆ ਅਤੇ ਸਾਡੇ ਬਜ਼ੁਰਗ ਵੀ ਟੀਚਰ ਸਨ। ਇਸ ਕਰਕੇ ਇਹ ਸਬੱਦੀ ਟੀਚਰਾਂ ਦੀ ਜਾਂ ਮਾਸਟਰਾਂ ਦੀ ਜਾਣੀ ਜਾਂਦੀ ਸੀਗੀ। ਅਤੇ ਨਾਲ ਹੀ ਸਾਡੇ ਪਿੰਡ ਨੂੰ ਇੱਕ ਬਾਹਮਣਾਂ ਦਾ ਪਿੰਡ ਵੀ ਕਿਹਾ ਜਾਂਦਾ ਸੀਗਾ ਜੀ। ਉਹ ਵੀ ਇੱਕ ਮਹਾਨਤਾ ਸੀ, ਉਹ ਤਾਂ ਕਿਹਾ ਜਾਂਦਾ ਸੀ। ਸਾਡੇ ਪਿੰਡ ਬਿਜ਼ਨਸਮੈਨ ਅਤੇ ਦੁਕਾਨਦਾਰੀ ਬਹੁਤ ਚਿਰ ਤੋਂ ਚੱਲਦੀ ਆ ਜੀ। ਤਕਰੀਬਨ ਜਦੋਂ ਸ਼ਹਿਰਾਂ 'ਚ ਛੋਟੇ ਛੋਟੇ ਸ਼ਹਿਰ ਹੁੰਦੇ ਸੀ, ਉਦੋਂ ਸਾਡੇ ਪਿੰਡ 10-12 ਦੁਕਾਨਾਂ ਹੁੰਦੀਆਂ ਸੀ ਜੀ। ਸਾਡਾ ਪਿੰਡ ਉਦੋਂ ਤੋਂ ਵਪਾਰੀ ਵਰਗ ਅਤੇ ਬਿਜ਼ਨਸ ਨੇ ਪੰਡਤਾਂ ਦੇ ਨਾਲ ਜੁੜਿਆ ਹੋਇਆ ਜੀ। ਸਾਡੇ ਪਿੰਡ ਪੰਡਤਾਂ ਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਘਰ ਹਨ, ਜੋ ਅਸੀਂ ਬਹੁਤ ਹੀ ਪਿਆਰ ਦੇ ਨਾਲ ਅੱਜ ਵੀ ਰਹਿ ਰਹੇ ਹਾਂ। ਸਾਡੇ ਵਿੱਚ ਬਹੁਤ ਜ਼ਿਆਦਾ ਪਿਆਰ ਹੈ, ਅਤੇ ਨਾਲ ਹੀ ਸਾਡੇ ਨਗਰ ਦੇ ਵਿੱਚ ਹੋਰ ਵੀ ਜਿੰਨੇ ਤਕਰੀਬਨ ਲੀਡਰ ਸਾਹਿਬਾਨ ਵੀ ਹੋਏ ਨੇ, ਜਿੰਨੇ ਵੀ ਹਲਕੇ ਦੇ ਲੀਡਰ ਸਾਹਿਬਾਨ ਹੋਏ, ਉਹਨਾਂ ਨੇ ਕਿਸੇ ਦੇ ਰਿਸ਼ਤੇਦਾਰੀਆਂ ਜਾਂ ਕਿਸੇ ਦਾ ਸਾਡੇ ਨਗਰ ਨਾਲ ਵਾਸਤਾ ਰਿਹਾ ਵਾ। ਇਸ ਕਰਕੇ ਸਾਡਾ ਪਿੰਡ ਇਸ ਗੱਲੋਂ ਬਹੁਤ ਹੀ ਮਹਾਨਤਾ ਵਾਲਾ, ਇੱਕ ਖਾਸੀਅਤ। ਸਾਡੇ ਪਿੰਡ ਦੇ ਬਜ਼ੁਰਗ ਜਿਹੜੇ ਵੱਡੇ ਸਨ, ਜਿਨ੍ਹਾਂ ਨੇ ਪਿੰਡ ਬੰਨਿਆ ਸੀਗਾ, ਉਹ ਤਕਰੀਬਨ ਨਰੈਣੂ ਉਹਨੂੰ ਕਿਹਾ ਜਾਂਦਾ ਸੀਗਾ। ਇਸ ਕਰਕੇ ਸਾਡੀ ਜੋ ਸਬੱਦੀ ਹੈ ਜੀ, ਇਹ ਨੈਣਾ ਵਾਲੀ ਸਬੱਦੀ ਨਾਲ ਵੀ ਜਾਣੀ ਜਾਂਦੀ ਸੀਗੀ। ਪੁਰਾਣੇ ਬਜ਼ੁਰਗ ਇਹਨੂੰ ਜਾਣਦੇ ਆ, ਕਈ ਇਲਾਕਿਆਂ 'ਚ ਮਸ਼ਹੂਰ ਆ। ਇਸ ਕਰਕੇ ਸਾਡਾ ਬਜ਼ੁਰਗ ਨਰੈਣੂ ਸੀ, ਅਤੇ ਨਾਲ ਸਾਡੇ ਪਿੰਡ ਨਾਈਆਂ ਦੇ ਘਰ ਬਹੁਤ ਜ਼ਿਆਦਾ ਸਨ। ਨੈਣਾ ਸਾਡੀਆਂ ਉਹਨਾਂ ਦੀਆਂ ਘਰ ਵਾਲੀਆਂ ਸੋਹਣੀਆਂ ਸਨ। ਇਸ ਕਰਕੇ ਨੈਣਾ ਦੀ ਸਬੱਦੀ ਦਾ ਵੀ ਸਾਡੇ ਪਿੰਡ ਨਾਲ ਬਹੁਤ ਵੱਡਾ ਇਤਿਹਾਸ ਜੁੜਿਆ। ਪੁਰਾਤਨ ਦਿੱਲੀ ਤੱਕ ਸਾਡੀ ਇਸ ਮਸ਼ਹੂਰਤਾ ਹੈਗੀ ਆ। ਸਾਡੇ ਪਿੰਡ ਤਕਰੀਬਨ 2 ਪੰਚਾਇਤਾਂ ਬਣ ਚੁੱਕੀਆਂ ਜੀ ਹੁਣ। ਪਹਿਲਾਂ ਇੱਕ ਸੀ, ਪਿੰਡ ਵੱਡਾ ਹੋ ਗਿਆ, ਅਤੇ ਸਾਨੂੰ ਮੰਨ ਲਓ ਤੁਸੀਂ 95-96 ਦੇ ਵਿੱਚ ਸਾਡੀ ਦੂਜੀ ਪੰਚਾਇਤ ਹੋਂਦ 'ਚ ਆਈ ਹੈ ਜੀ। 2 ਪੰਚਾਇਤਾਂ ਸਾਡੇ ਨਗਰ ਸਬੱਦੀ ਕਲਾਂ ਦੀਆਂ, ਅਤੇ ਨਾਲ ਹੀ ਸਾਡੇ 2 ਗਰਾਊਂਡ ਨੇ ਵੱਡੇ ਜੀ, ਇੱਕ ਲੜਕੀਆਂ ਵਾਲੇ ਸਕੂਲ ਆ ਅਤੇ ਇੱਕ ਲੜਕਿਆਂ ਵਾਲੇ ਸਕੂਲ ਆ। ਅਲੱਗ ਅਲੱਗ ਸਾਡੇ ਸਕੂਲ ਆ ਜੀ, ਉੱਥੇ ਗਰਾਊਂਡ ਆ, ਉੱਥੇ ਕਬੱਡੀ ਖੇਡੀ ਜਾਂਦੀ ਆ। ਅੱਜ ਵੀ ਮੁੰਡੇ ਖੇਡਦੇ ਆ, ਵਾਲੀਬਾਲ ਖੇਡੀ ਜਾਂਦੀ ਆ, ਫੁੱਟਬਾਲ ਖੇਡੀ ਜਾਂਦੀ ਆ, ਹਾਕੀ ਖੇਡੀ ਜਾਂਦੀ ਆ। ਇਹ ਖੇਡਾਂ ਨਾਲ ਸਾਰੇ ਸਾਡੇ ਬੱਚੇ ਜੁੜੇ ਨੇ ਅੱਜ ਵੀ। ਅਤੇ ਅੱਜ ਦੇ ਯੁੱਗ 'ਚ ਜਿਵੇਂ ਪਿਛਲਾ ਯੁੱਗ ਚੱਲਿਆ ਸੀ, ਪਾਰਕਾਂ ਦਾ ਰੂਪ ਬਣਿਆ ਜੀ ਪਿੰਡ। ਅਸੀਂ ਆਪਣੇ ਛੱਪੜ ਭਰ ਕੇ ਦੋਹਾਂ ਗੁਰਦੁਆਰਾ ਸਾਹਿਬ ਦੇ, ਸਾਡੇ ਸਬੱਦੀ ਕਲਾਂ ਅਤੇ ਸਬੱਦੀ ਪੱਛਮੀ ਦੇ ਵਿੱਚ ਨਾਂ ਦਿੱਤੇ ਗਏ, ਜੋ ਉਹਨਾਂ ਦੇ ਵਿੱਚ ਸਾਡੇ ਗਰਾਊਂਡ ਸੀ 2। ਹਾਂਜੀ, ਉਹਨਾਂ ਗਰਾਊਂਡਾਂ ਦੇ ਛੱਪੜ ਸੀਗੇ, ਸੋਰੀ, 2 ਛੱਪੜ ਭਰ ਕੇ ਗਰਾਊਂਡ ਬਣੇ ਆ, ਪਾਰਕਾਂ ਬਣੀਆਂ ਅਤੇ ਖੇਡ ਗਰਾਊਂਡ ਦੇ ਵਿੱਚ ਸਥਾਪਿਤ ਕੀਤੇ ਗਏ ਆ। ਨਾਲ ਹੀ ਸਾਡੇ ਸਕੂਲ ਨੇ ਵੱਡੇ 2, ਉਹਨਾਂ ਦੇ ਵਿੱਚ ਵੀ ਬਹੁਤ ਸਾਡੀ ਸਾਫ਼ ਸਫਾਈ 'ਤੇ ਬੜਾ ਪ੍ਰਬੰਧ ਹੈ। ਸਾਡੀ ਜੋ ਨੌਜਵਾਨ ਪੀੜ੍ਹੀ ਆ, ਇਹ ਬਹੁਤ ਹੀ ਅੱਗੇ ਹੋ ਕੇ ਉੱਦਮੀ ਹੋ ਕੇ ਕੰਮ ਕਰ ਰਹੇ ਆ। ਬੜਾ ਸ਼ਲਾਘਾਯੋਗ, ਅੱਜ ਵੀ ਇਹਨਾਂ ਦਾ ਇਹ ਜਿਹੜੋ ਪੁਰਾਣੇ ਸਮੇਂ ਤੋਂ ਲੈ ਕੇ ਖੇਡਾਂ ਦਾ ਚਾਅ ਅਤੇ ਕੰਮ ਦਾ ਇਹਨਾਂ ਦੀ ਭਾਵਨਾ ਉਹ ਚੱਲ ਰਹੀ ਹੈ। ਇਸ ਕਰਕੇ ਸਾਡੇ ਨਗਰ ਦੀ ਗੁਰੂ ਦੀ ਕਿਰਪਾ ਜੀ, ਪੁਰਾਣੇ ਸਮੇਂ ਦੇ ਮੁਤਾਬਕ ਅਸੀਂ ਪੁਰਾਤਨ ਮਰਿਆਦਾ ਨੂੰ ਲੈ ਕੇ ਚੱਲ ਰਹੇ ਹਾਂ। ਇਹ ਸਾਡੇ ਪਿੰਡ ਦਾ ਖਾਸ ਇਤਿਹਾਸ ਹੈ ਜੀ। ਹੋਰ ਬਹੁਤ ਸਾਰੀਆਂ ਗੱਲਾਂ ਕਿਤੇ ਸਮਾਂ ਮਿਲਿਆ ਜ਼ਰੂਰ ਕਰਨ ਦੇ ਯਤਨ ਕਰਾਂਗੇ। ਤੁਹਾਡੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।